सेवा सेव को Thank you.
विश्राम खसु में बंदा
Oh.
Thank you.
ਕਮੀ ਤੋਂ ਪਰਹੇਜ਼ ਕਰਨਾ ਹੈ। ਗੁਲਾਮ ਹੋਣਾ ਚੰਗਾ ਨਹੀਂ ਸਮਝਦਾ, ਪਰ ਗੁਲਾਮੀ ਗੁਲਾਮੀ ਵਿੱਚ ਅੰਤਰ ਹੈ। ਇੱਥੇ ਇੱਕ ਲਫ਼ਜ਼ ਵਰਤਿਆ ਨੇ ਕਿ ਮੁੱਲ ਖਰੀਦੀ ਲਾਲਾ ਗੁਲਾਮ, ਮੈਂ ਜ਼ਰ ਖਰੀਦ ਗੁਲਾਮ ਹਾਂ, ਮੰਥਲੀ ਨੌਕਰ ਨਹੀਂ। ਵੀ ਅਗਲੇ ਮਹੀਨੇ ਮੈਂ ਚਾਹਾਂ ਕਿ ਨੌਕਰੀ ਛੱਡ ਦੇ, ਗੁਲਾਮ ਨਾ ਰਹਾ। ਮੈਂ ਤਾਂ ਜ਼ਰ ਖਰੀਦ ਮੁੱਲ ਖਰੀਦ ਗੁਲਾਮ, ਇੱਕ ਵਾਰ ਖਰੀਦਿਆ ਹੋਇਆ ਤੇਰੇ ਦਰ ਦੀ ਗੁਲਾਮੀ ਛੱਡ ਕੇ ਜਾ ਨਹੀਂ ਸਕਦਾ। ਕਹਿਣ ਲੱਗੇ ਮੇਰਾ ਕੋਈ ਪੁੱਛੇ ਨਾ ਤੇਰਾ ਨਾਂ ਕੀ, ਮੈਂ ਆਖਣਾ ਮੇਰਾ ਨਾਂ ਸੁਭਾਗ ਹੈ। ਗੁਰਬਾਣੀ ਦੇ ਸ਼ਬਦ ਚ ਆਉਂਦਾ ਕਹਿੰਦਾ ਜਿਹੜਾ ਮਾਲਿਕ ਦਾ ਜ਼ਰ ਖਰੀਦ ਗੁਲਾਮ ਹੋ ਜਾਂਦਾ ਨਾ, ਉਹ ਫਿਰ ਇੱਥੋਂ ਛੱਡ ਕੇ ਉੱਥੇ, ਉੱਥੋਂ ਛੱਡ ਕੇ ਉੱਥੇ ਨੌਕਰੀ ਨਹੀਂ ਕਰ ਸਕਦਾ। ਹੁਣ ਇੱਕ ਦਾ ਗੁਲਾਮ ਹੈ, ਸ਼ਾਮ ਨੂੰ ਦੂਜੇ ਦਾ ਗੁਲਾਮ ਹੈ, ਪਰਸੋਂ ਤੀਜੇ ਦਾ ਗੁਲਾਮ। ਐਸਾ ਨਹੀਂ ਹੋ ਸਕਦਾ, ਜ਼ਰ ਖਰੀਦ ਗੁਲਾਮ ਉਹ ਫਿਰ ਭਟਕਦਾ ਨਹੀਂ। ਇਸੇ ਲਈ ਮੈਨੂੰ ਕੋਈ ਪੁੱਛੇ ਨਾ ਤੇਰਾ ਨਾਂ ਕੀ, ਮੈਂ ਕਹਿੰਦਾ ਮੇਰਾ ਨਾਂ ਸੁਭਾਗ ਹੈ। ਸੁਭਾਗੇ ਦਾ ਅਰਥ ਹੁੰਦਾ ਭਾਗਾ ਵਾਲਾ, ਉਹ ਨਿਕਰਮਣ ਨੇ ਲੋਕ, ਅਭਾਗੇ ਨੇ ਲੋਕ। ਸੁਭਾਗਾ ਤੇ ਅਭਾਗਾ ਅਭਾਗਾ ਦਾ ਮਤਲਬ ਹੁੰਦਾ ਨਿਕਰਮਣ, ਭੈੜੀ ਕਰਮਣ ਵਾਲਾ, ਜਿਹਦੇ ਭਾਗ ਚੰਗੇ ਨਾ ਹੋ। ਕਹਿਣ ਲੱਗੇ ਜਿਹੜਾ ਥਾਂ ਥਾਂ ਭਟਕਦਾ ਹੈ, ਕਦੇ ਕਿਸੇ ਦਾ ਗੁਲਾਮ ਕਦੇ ਕਿਸੇ ਦਾ ਗੁਲਾਮ, ਉਹ ਅਭਾਗਾ ਹੁੰਦਾ ਹੈ। ਕਿਉਂਕਿ ਮੈਂ ਜ਼ਰ ਖਰੀਦ ਮੁੱਲ ਖਰੀਦੀ ਲਾਲਾ ਗੋਲਾ, ਇਸ ਲਈ ਮੇਰਾ ਭਟਕਣਾ ਖਤਮ ਹੋ ਗਿਆ। ਪਰ ਇਹ ਗੱਲ ਮੈਨੂੰ ਸਮਝਾਈ ਕਿੰਨੇ ਹੈ, ਲਓ ਗੱਲ ਨਾਲ ਸਮਝ। ਇਹ ਗੱਲ ਮੈਨੂੰ ਸਮਝਾਈ ਕਿੰਨੇ ਆ ਕਿ ਭਰਿਆ ਭਾਗਾ ਵਾਲਾ ਹੈ, ਤੂੰ ਕਿੰਦਾ ਗੁਲਾਮ ਹੋ ਗਿਆ। ਭਾਗਾ ਵਾਲਾ ਹੈ, ਤੂੰ ਦਰ ਦਰ ਭਟਕਦਾ ਨਹੀਂ। ਗੁਰੂ ਕਹਿੰਦੇ ਰਸਤੇ ਮੈਨੂੰ ਪਾਇਆ ਕਿੰਨੇ, ਸਮਝਾਇਆ ਕਿੰਨੇ। ਗੁਰ ਕੀ ਬਚਨੀ, ਕਿਤੇ ਕੌਣ ਵਿਕਣਾ ਚਾਹੁੰਦਾ, ਕੌਣ ਜ਼ਰ ਖਰੀਦ ਗੁਲਾਮ ਹੋਣਾ ਚਾਹੁੰਦਾ। ਗੁਰ ਕੀ ਬਚਨੀ ਹਾਟ ਵਿਕਾਨਾ, ਇੱਕ ਅੱਗੇ ਵਿਕਿਆ ਭਟਕਣਾ ਖਤਮ ਹੋ ਗਈ। ਥਾਂ ਥਾਂ ਨਹੀਂ ਭਟਕਣਾ, ਇਸ ਸ਼ਬਦ ਦੀ ਪਹਿਲੀ ਲਾਈਨ ਵੱਲ ਜਾਓ। ਖਸਮੇ ਬੰਦਾ ਹੋਣ ਲਈ ਮੈਨੂੰ ਪ੍ਰੇਰਨਾ ਅਗਵਾਈ ਕਹਿੰਦੀ ਹੈ, ਤੋਂ ਭਾਵ ਹੁੰਦਾ ਥਾਂ ਥਾਂ ਭਟਕਣਾ, ਡੋਲਦਾ ਫਿਰਨਾ, ਨਿਸ਼ਚਾ ਨਾ ਹੋਣਾ, ਵਿਸ਼ਵਾਸ ਨਾ ਹੋਣਾ, ਟਿਕ ਕੇ ਨਾ ਰਹਿਣਾ।
ਡੀਗਨ ਡੋਲਾ ਤੋਲਾ ਜੋ ਮਨ ਕੇ ਪਰਮਾ ਮੈਨੂੰ ਫਿਰ ਖਿਆਲ ਕਰਿਓ ਉਦੋਂ ਤੱਕ ਡੀਗਨ ਡੋਲਾ ਹੁੰਦਾ ਹੈ ਉਦੋਂ ਤੱਕ ਭਟਕਦਾ ਹੈ ਉਨੀ ਦੇਰ ਭਟਕਦਾ ਹੈ ਜਿੰਨੀ ਦੇਰ ਵਿਸ਼ਵਾਸ ਨਾ ਹੋਵੇ ਤੇ ਭਰਮ ਕਿਸੇ ਨੂੰ ਕਹਿੰਦੇ ਇੱਥੇ ਰੁਕਣਾ ਚਾਹੀਦਾ ਪਰਮ ਕਿਸੇ ਨੂੰ ਕਹਿੰਦੇ ਨੇ ਸ਼ੱਕ ਨੂੰ ਪਰਮ ਪੈ ਜਾਣਾ ਸ਼ੱਕ ਹੋ ਜਾਣਾ ਪਰਮ ਦੇ ਦੋ ਅਰਥ ਨੇ ਮੈਂ ਇਸੇ ਵਰਤੋਂ ਬਚਾਉਂਦਾ ਪਰਮ ਦਾ ਅਰਥ ਆਪਣੇ ਆਪ ਵਿੱਚ ਇਹ ਵੀ ਹੈ ਕਿ ਦੌੜਿਆ ਫਿਰਨਾ ਪਰਮ ਦਾ ਫਿਰਨਾ ਪਰ ਇੱਕ ਖਿਆਲ ਕਰਿਓ ਇੱਥੇ ਇੱਕ ਸਾਂਝ ਬਣਾ ਦਿੱਤੀ ਹੈ ਗੁਰੂ ਨੇ ਦੋਹਾਂ ਅਰਥਾਂ ਦੀ ਪਰਮ ਦਾ ਭਟਕਦਾ ਫਿਰਦਾ ਵੀ ਤਾਂ ਉਦੋਂ ਤੱਕ ਹੈ ਜਦੋਂ ਤੱਕ ਇੱਕ ਤੇ ਵਿਸ਼ਵਾਸ ਨਾ ਹੋਵੇ ਸ਼ੱਕ ਹੋਵੇ ਮੈਨੂੰ ਖਰਾ ਜਾਂਦਾ ਰਸਤਾ ਭੁੱਲ ਜਾਏ ਕਿਸੇ ਕੋਲੋਂ ਪੁੱਛਦਾ ਹੈ ਤੇ ਕਈ ਵਾਰੀ ਪੁੱਛ ਕੇ ਵੀ ਉਸਨੂੰ ਵਿਸ਼ਵਾਸ ਨਹੀਂ ਹੁੰਦਾ ਫਿਰ ਲਿਖਦਾ ਹੈ ਉਹਦੇ ਕੋਲੋਂ ਵੀ ਪੁੱਛ ਲਵਾਂ ਕਸਮ ਛੋੜ ਦੂਜੇ ਲੱਗੇ ਉਹਦੇ ਕੋਲ ਵੀ ਜਾਣਾ ਉਹਦੇ ਕੋਲੋਂ ਪੁੱਛ ਲੈ ਕਈ ਵਾਰ ਉਹਦੇ 'ਤੇ ਵੀ ਵਿਸ਼ਵਾਸ ਨਹੀਂ ਹੁੰਦਾ ਫਿਰ ਤੀਜੇ ਕੋਲ ਜਿੰਨੀ ਦੇਰ ਵਿਸ਼ਵਾਸ ਨਾ ਹੋਵੇ ਉਨੀ ਦੇਰ ਭਰਮ ਦਾ ਇਸ ਲਈ ਭਰਮ ਵਿਸ਼ਵਾਸ ਅਣਵਿਸ਼ਵਾਸੀ ਨੂੰ ਵੀ ਕਹਿੰਦੇ ਨੇ ਅਤੇ ਭਰਮ ਡੋਲਣ ਨੂੰ ਵੀ ਕਹਿੰਦੇ ਦੋਨਾਂ ਚੀਜ਼ਾਂ ਦੀ ਦੋਵਾਂ ਅਰਥਾਂ ਦੀ ਆਪਸੀ ਸਾਂਝ ਅਤੇ ਗੁਰੂ ਨੇ ਇਸ ਪਹਿਲੀਆਂ ਦੋ ਲਾਈਨਾਂ ਵਿੱਚ ਇਹਨਾਂ ਦੋਹਾਂ ਚੀਜ਼ਾਂ ਨੂੰ ਸਪਸ਼ਟ ਕਰਦਾ ਕਹਿੰਦੇ ਨੇ ਉਹ ਵਿਖਾਦੀ ਦੁਖੀਆ ਤੇ ਗੁਰਤੇ ਉੱਤੇ ਟੁੱਟੇ
हम छूटे अब उनाते हम ते छूटे उधर आखिर ना को दुश्मन दुखी और ना ही को बंदा मेरे कोई दुश्मन नहीं कोई दुखी नहीं मेरी निगाह विच कोई बुरा नहीं हम सामने रख लो गए ना पर एक गल समझ ले के लगे फर्क सिर्फ इतना है मैं खसमे बंदा हो गया जदों खसमे बंदा हो जाए ना फिर वो किसी के हुक्म विच नहीं रहिंदा किसी होर दे हुक्म विच वो फिर खसमे बंदा किवें होया जवाब देता अपने खसम नूं है ते जदों कोई आखे मेरी मर्जी बिना तू कुछ नहीं कर सकता तो दुखी हो गया बाणी पढ़ने लगी हुई सानू किसी को इजाजत लेने की जरूरत कोई गल सामने आ कुदरती बच्ची सामने आ गई तो मैं इस पासे गल करने याद आ गया पिछले दिन मैं इंडिया सी बेटी हरप्रीत हाँ इंडिया गई हुई सी तो हर भी चीज मचान हर चीज प्रूफ थोड़े को की हो रहा है दरबार साहब मत्था टेक कीर्तनी सिंह ने सामने बीबिया वाला पासा उधर बैठना दूजे पासे चलो बैठना ही नहीं ठीक है सामने बैठी है कीर्तनिया बड़ा सोहना की जिन्हों गुरबाणी बोलन का अभ्यास हो गए एक सुभाविक आप भी इतने कीर्तन करते करोगे कई बीबिया कई वीर नाल थोड़ा थोड़ा गुनगुना लग पे सामने बैठी है कीर्तनी कीर्तन कर रहे हैं सामने बैठी गुरबाणी दाइन उन्होंने नाल गुण गुनाने लग पे दस्य मुताबिक मैं तो उत्थे नहीं स दुख मैनू जरूर एक बीबी ने इन्हू रोकया नहीं बोलना नहीं अपनी लगन विच जिस तरह का सुभा है अगली लाइन फिर गुनगुना सेवादार आया उन्हें इन्हू बहु फड़िया इन्हें दस्से मुताबिक बार नहीं तू इतने बैठ के तू गुरबाणी नहीं क्योंकि क्यों एक चीज हुई है क्योंकि उन्होंने मना किया होया इत बीबी कीर्तन नहीं कर सकती मत कि सामने बैठी गुनगुनाए थे इन भी सारी मर्यादा का बंद हो गया सामने बैठी रो पी आखनी मैं रोंद उठ मैं 35 साल बाद आई हूँ कद आई सब तो बचपन च बाणी पढ़नी भी साड़ी किसी के हुक्म विच पर अच्छी खसम के बंदे की हो गुरु आख रहा हो गए आवो सिख सतगुर के प्यारे हो गावो सच्ची बाणी बाणी तो गावो गुरु कह रही बाणी है सिर बाणी जिनको नजर करम हो गए तीर्थां ते करोड़ां रुपए खर्च कर रहे हैं वड्डे वड्डे अस्थानां दे गुरुद्वारे बना रहे हैं की करांगे असीं आने वाले भविष्य विच अपने बच्चों नूं नास्तिक करके असीं इमारतां दे पुजारी नहीं इमारतों के पुजारी नहीं गुरु सिद्धांत के पुजारी गुरु हुक्म के पुजारी हूँ इतने की दुखी आखोगे कि ना आखोगे इसलिए दोनों को पास सामने रखी है एक पास ये कह रहे हैं कोई विखादी दुखी आते गुरते हुक्ते हम छूटे अब ना थे हम छूटे अब ना थे कोई हम एक पासे आ रहे ना को दुश्मन दुखिया
ਕਰਨਾ ਹੀ ਕੋ ਬੰਦਾ ਹੈ ਕਾਰਨ ਕੀ ਕਿ ਸਾਨੂੰ ਪਰਮਾ ਤੇ ਪ੍ਰੀਖਿਆ ਵਿੱਚ ਪਾ ਕੇ ਬ੍ਰਹਮਨਿਜ਼ਮ ਵਾਂਗੂ ਗੁਲਾਮ ਕਰਕੇ ਰੱਖਿਆ ਜਾ ਰਿਹਾ ਹੈ ਧਰਮ ਤੇਰੀ ਮਰਜ਼ੀ ਦਾ ਨਹੀਂ ਧਰਮ ਮੇਰੀ ਮਰਜ਼ੀ ਬੱਚਿਆਂ ਨੂੰ ਭੁਲਕੇ ਪਾ ਦਿਆ ਇੱਕ ਬੇਨਤੀ ਕਰਨਾ ਚਾਹੁੰਦਾ ਮੈਨੂੰ ਹੋਰ ਸੰਸਾਰ ਅੰਦਰ ਸੁਧਾਰ ਕੋਈ ਛੇਤੀ ਨਾਲ ਆਸਾਨ ਨਹੀਂ ਖਾਸ ਕਰਕੇ ਹੁਣ ਦੇ ਸਮੇਂ ਅੰਦਰ ਜਦੋਂ ਧਰਮ ਦੀ ਗੱਲ ਨੂੰ ਕੱਟਣ ਵਾਸਤੇ ਧਰਮ ਦਾ ਹੀ ਹਥਿਆਰ ਵਰਤਿਆ ਜਾਂਦਾ ਹੋਵੇ ਚਲੋ ਖੈਰ ਪਰ ਮੈਂ ਚਾਹੁੰਦਾ ਕਮ ਸੇ ਕਮ ਆਪਣਾ ਪਰਿਵਾਰ ਜਿਹੜਾ ਇਹਨਾਂ ਨੂੰ ਤਾਂ ਕੋਈ ਭੁਲੇਖਾ ਨਾ ਰਹੇ ਤੇ ਇਹ ਨਹੀਂ ਉਹ ਮੇਰੇ ਆਖੇ ਲੱਗਣ ਤਾਂ ਭੁਲੇਖਾ ਨਾ ਰਹੇ ਜੋ ਮੈਂ ਕਰਨਾ ਉਹਨੂੰ ਠੀਕ ਮੰਨ ਲੈਣ ਬਸ ਫਿਰ ਭੁਲੇਖਾ ਮੈਂ ਇਸ ਗੱਲ ਦਾ ਵੀ ਜਾਣੀ ਨਹੀਂ ਇਸ ਲਈ ਮਨ ਚ ਆਇਆ ਅੱਜ ਮੈਂ ਗੱਲ ਕਿ ਮਹੀਨੇ ਵਿੱਚ ਆਪਾਂ ਇੱਕ ਦਿਨ ਐਸਾ ਰੱਖਿਆ ਕਰੀਏ ਆਪਣਾ ਬਕਾਇਦਾ ਨਾਂ ਰਜਿਸਟਰ ਕਰਾਓ ਕਿਉਂਕਿ ਜਦੋਂ ਵੀ ਕੋਈ ਮਤ ਐਸਾ ਸਮਾਂ ਹੁੰਦਾ ਨਾ ਵੀ ਧਰਮ ਦੀ ਗੁਰਮਤ ਦੀ ਗੱਲ ਕਲੀਅਰ ਹੋ ਜਾਏ ਤਾਂ ਰੌਲਾ ਪਾਉਣ ਵਾਲੇ ਉਸ ਦਰਬਾਰ ਨੂੰ ਬੰਦ ਕਰਨ ਵਾਲੇ ਲੋਕ ਵੀ ਪੈਦਾ ਹੋ ਜਾਂਦੇ ਹੁਣ ਹੀ ਤੁਸੀਂ ਵੇਖਿਆ ਪਰਸੋਂ ਕੈਲੀਫੋਰਨੀਆ ਕੀ ਹੋਇਆ ਆਪਸ ਵਿੱਚ ਗੁਰਦੁਆਰੇ ਅੰਦਰ ਝਗੜੇ ਅਜੇ ਗੁਰੂ ਦੀ ਕਿਰਪਾ ਇਹ ਸਥਾਨ ਪ੍ਰਾਈਵੇਟ ਹੈ ਇੱਥੇ ਕਿਸੇ ਦੀ ਹਿੰਮਤ ਨਹੀਂ ਕੋਈ ਆਪਣੀ ਮਰਜ਼ੀ ਨਾਲ ਆ ਕੇ ਇੱਥੇ ਦਖਲ ਅੰਦਾਜ਼ੀ ਕਰੇ ਪਰ ਫਿਰ ਵੀ ਅਸੀਂ ਚਾਹੁੰਦੇ ਨਹੀਂ ਕਿ ਇਸ ਥਾਂ 'ਤੇ ਜਿੱਥੇ ਗੁਰਮਤ ਦੀ ਵਿਚਾਰ ਹੋਣੀ ਹੋਵੇ ਉੱਥੇ ਕੋਈ ਗਲਤ ਆਦਮੀ ਆ ਕੇ ਸਾਨੂੰ ਆਪ ਜੋ ਮਰਜ਼ੀ ਕਰੇ ਪਰ ਸਾਨੂੰ ਡਿਸਟਰਬ ਨਾ ਕਰੇ ਮੈਂ ਚਾਹੁੰਦਾ ਪਰਿਵਾਰ ਦੇ ਜੀ ਨਾਮ ਸ਼ੁਰੂ ਕਰਾ ਦੇ ਹਰ ਮਹੀਨੇ ਆਪਾਂ ਪਰਿਵਾਰ ਵਾਂਗੂ ਬੈਠ ਕੇ ਜਿੰਨਾ ਜਿੰਨਾ ਵਿਸ਼ਿਆਂ 'ਤੇ ਵੀ ਮੈਨੂੰ ਤੁਹਾਡੇ ਲਈ ਖੁੱਲ੍ਹੀ ਛੁੱਟੀ ਹੋਵੇ ਜੇ ਕਿਸੇ ਨੂੰ ਕੋਈ ਵੀ ਸ਼ੰਕਾ ਹੈ ਉਹ ਆਪਣੇ ਸ਼ੰਕਾ ਖੁੱਲ੍ਹ ਕੇ ਆਖੇ ਉਸ ਦਿਨ ਕੀਰਤਨ ਨਹੀਂ ਕੀਰਤਨ ਤੋਂ ਵੱਖਰਾ ਸਮਾਂ ਰੱਖਿਆ ਕਰੇ ਜਿੱਥੇ ਸਿਰਫ ਵਿਚਾਰ ਹੋਵੇ ਆਪਣੇ ਮਨ ਦੇ ਸ਼ੰਕੇ ਦੂਰ ਹੋਣ ਨਹੀਂ ਤਾਂ ਬੱਚਿਆਂ ਨੂੰ ਭੁਲੇਖੇ ਪਾਏ ਜਾ ਰਹੇ ਨੇ ਗੁਰਮਤ ਸੰਬੰਧੀ ਤਾਂ ਆਰਾਮ ਦੀ ਗੱਲ ਹੈ ਬਹੁਤੀ ਦੂਰ ਨਹੀਂ ਸਰਦਾਰ ਅਮਰੀਕ ਸਿੰਘ ਦਾ ਲੜਕਾ ਅੰਮ੍ਰਿਤਪਾਲ ਸਿੰਘ ਰਾਤ ਦੇਰ ਤੱਕ ਕਾਫੀ ਮੈਨੂੰ ਮਦਦ ਦੀ ਲੋੜ ਸੀ ਕੰਪਿਊਟਰ 'ਤੇ ਆਇਆ ਕੰਮ ਕਰਦਾ ਰਿਹਾ ਉਹਨੇ ਬੈਠੇ ਬੈਠੇ ਨੇ ਆਪਣਾ ਇੱਕ ਸ਼ੰਕਾ ਜੋ ਉਹਦੇ ਦੋਸਤ ਬਣ ਕੇ ਉਹਨੂੰ ਭਰਨਾ ਵਿੱਚ ਪਾਉਂਦੇ ਸਨ ਉਹ ਮੇਰੇ ਸਾਹਮਣੇ ਰੱਖਿਆ ਰਾਤ ਦੀ ਗੱਲ ਹੈ ਇੱਕ ਸ਼ਬਦ ਸਾਹਮਣੇ ਰੱਖਿਆ ਕਹਿੰਦਾ ਇਸ ਸ਼ਬਦ ਦੁਆਰਾ ਉਹ ਇਹ ਸਾਬਤ ਕਰਦੇ ਨੇ ਕਿ ਗੁਰੂ ਆਪ ਦੇਵੀ ਦੇਵਤਿਆਂ ਨੂੰ ਰੱਬ ਮੰਨਦਾ ਹੈ ਪੂਜਾ ਕਰਦਾ ਹੈ ਜਿੰਨਾ ਹੋ ਸਕਿਆ ਸਾਹਮਣੇ ਸਪਸ਼ਟ ਕੀਤਾ ਮੰਨ ਕੇ ਬੱਚਾ ਸੀ ਵੀ ਗੁਰਬਾਣੀ ਦੇ ਕਨਸੈਪਟ ਨੂੰ ਸਮਝਣ ਜਿੰਨੀ ਦੇਰ ਅਸੀਂ ਗੁਰ ਸਾਡਾ ਦੁਖਾਂਤ ਕੀ ਹੈ ਉਸ ਦੁਖੀ ਨੂੰ ਸਾਡੇ 'ਤੇ ਦੁਖਾਂਤ ਪੈਦਾ ਕਰਨ ਦਾ ਸਾਧਨ ਕਿਉਂ ਮਿਲਿਆ ਕਿਉਂਕਿ ਹੁਣ ਤੱਕ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਹੀ ਟੇਕੇ ਨੇ ਬਸ ਇਸ ਤੋਂ ਜ਼ਿਆਦਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਪ੍ਰਕਰਮਾਂ ਹੀ ਕੀਤੀਆਂ ਨੇ ਚੋਰ ਹੀ ਕੀਤੇ ਨੇ ਰੁਮਾਲੇ ਹੀ ਚੜਾਏ ਨੇ ਇਸ ਤੋਂ ਜ਼ਿਆਦਾ ਕੁਛ ਨਹੀਂ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੁਣ ਤੱਕ ਸਮਝਿਆ ਹੁੰਦਾ ਕਿਸੇ ਵੀਰ ਦੀ ਇਹ ਹਿੰਮਤ ਨਾ ਪੈਂਦੀ ਸਾਡੇ ਬੱਚਿਆਂ ਨੂੰ ਗੁਰਬਾਣੀ ਪ੍ਰਤੀ ਵੀ ਉਹ ਗੁੰਮਰਾਹ ਕਰ ਸਕੇ ਗੁਰਬਾਣੀ ਪ੍ਰਤੀ ਵੀ ਗੁੰਮਰਾਹ ਕਰ ਸਕੇ ਫਿਰ ਅਸੀਂ ਕਿਤੇ ਜਾਵਾਂਗੇ ਜੇ ਗੁਰਬਾਣੀ ਵਿੱਚੋਂ ਸਾਨੂੰ ਇਹ ਗੱਲ ਆਖੀ ਜਾਏਗੀ ਵੀ ਗੁਰੂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸਭ ਦੇਵੀ ਦੇਵਤਿਆਂ ਨੂੰ ਭਗਵਾਨ ਮੰਨਦਾ ਰੱਬ ਮੰਨਦਾ ਤੇ ਬੇਸਮਝਣ ਦੀ ਲੋੜ ਹੈ ਮੈਂ ਇਸੇ ਵੀ ਚਾਹੁੰਦਾ ਤਾਂ ਕਿ ਉਹ ਸਾਡਾ ਵਿਚਾਰ ਦਾ ਦਿਨ ਐਸਾ ਹੋਵੇ ਜਿਹਦੇ ਵਿੱਚ ਅਸੀਂ ਇੱਕ ਦੂਜੇ ਨਾਲੋਂ ਬੇਸ ਸਾਂਝਾ ਕਰ ਸਕੀਏ ਤਾਂ ਕਿ ਇੱਥੇ ਆਉਣ ਵਾਲਾ ਜਿਹੜਾ ਖਾਸ ਕਰਕੇ ਕਿਉਂ ਕਰ ਪਰਿਵਾਰ ਹੈ ਉਹ ਤਾਂ ਇਸ ਗੱਲ ਦੀ ਤੱਕ ਤਾਂ ਬੇਫਿਕਰ ਹੋਵੇ ਨਾ ਵੀ ਸਾਡੇ ਕੋਲ ਜਵਾਬ ਹਨ ਹਰ ਚੀਜ਼ ਦੇ ਅਸੀਂ ਕੇਵਲ ਮੱਥਾ ਟੇਕਣੇ ਨਹੀਂ ਆਉਂਦੇ ਅਸੀਂ ਕੇਵਲ ਪਰਿਕਰਮਾ ਕਰਨੀ ਨਹੀਂ ਆਉਂਦੇ ਜਿਸ ਦਿਨ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝ ਲਵਾਂਗੇ ਜਾਣ ਲਵਾਂਗੇ ਗੁਰੂ ਕੀ ਹੈ ਫਿਰ
ਅਸੀਂ ਸਮਰਪਿਤ ਹੋਵਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਫਿਰ ਸਾਨੂੰ ਡਰ ਵੀ ਨਹੀਂ ਲੱਗੇਗਾ। ਕਹਿਣ ਲੱਗੇ ਮੇਰਾ ਕੋਈ ਦੁਸ਼ਮਣ ਨਹੀਂ, ਜੇ ਮੈਂ ਕੋਈ ਸੰਘਰਸ਼ ਕਰ ਰਿਹਾ ਤੇ ਇਸ ਲਈ ਨਹੀਂ ਕਿ ਮੈਂ ਕਿਸੇ ਨਾਲ ਦੁਸ਼ਮਣੀ ਕੱਢ ਰਿਹਾ ਜਾਂ ਦੁਸ਼ਮਣ ਪੈਦਾ ਕਰ ਰਿਹਾ। ਮੇਰੀ ਨਿਗਾਹ ਵਿੱਚ ਕੋਈ ਆਪਣਾ ਵਿਗੜਨਾ ਨਹੀਂ, ਕੇਵਲ ਇੰਨਾ ਹੈ ਕਿ ਮੈਂ ਆਪਣੇ ਗੁਰੂ ਦਾ ਖਸਮ ਦਾ ਬੰਦਾ ਤੇ ਗੁਰੂ ਦੇ ਹੋਂਦ ਕਰਕੇ ਮੈਂ ਆਪਣਾ ਹੁਕਮ ਗੁਰੂ ਦਾ ਮੰਨਣਾ, ਕਿਸੇ ਹੋਰ ਅੱਗੇ ਸਿਰ ਨਹੀਂ ਚੁਕਾਉਣਾ। ਤੇ ਉਹਦੇ ਲਈ ਕਹਿਣ ਲੱਗੇ ਬਹੁਤ ਜ਼ਰੂਰੀ ਹੈ ਇਹਨਾਂ ਭਰਮਾਂ ਵਿੱਚੋਂ, ਬੇਵਿਸ਼ਵਾਸੀ ਵਿੱਚੋਂ ਨਿਕਲੀਏ, ਸਾਨੂੰ ਪਤਾ ਹੋਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਉਹ ਮਹਾਨ ਸਿਧਾਂਤ ਹੈ ਜਿਹਦੇ ਰੋਸ਼ਨੀ ਵਿੱਚ, ਜਿਹਦੀ ਗੋਦ ਵਿੱਚ ਆਇਆ ਹੋਇਆ ਮਨੁੱਖ ਦੇ ਭਰਮ ਦੂਰ ਹੁੰਦੇ ਨੇ। ਜਿਹੜਾ ਗੁਰੂ ਇੱਥੋਂ ਤੱਕ ਆਪ ਆਪਣੀ ਜ਼ਬਾਨ ਤੋਂ ਆਖ ਦਿੰਦਾ ਹੋਵੇ ਕਿ ਮਾਏ ਮੁੰਡੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ, ਕਹਿਣ ਲੱਗੇ ਕਾਹਦਾ ਗੁਰੂ ਹੈ ਜਿਹਦੇ ਕੋਲ ਬੈਠੇ ਆ ਭਰਮ ਹੀ ਨਾ ਜਾਏ। ਪਰ ਗੁਰੂ ਆਖ ਰਿਹਾ ਹੋਵੇ ਆਪ ਇਹ ਗੱਲ, ਤੇ ਫਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਸੋਚੀਏ, ਸਾਡੇ ਭਰਮ ਨਹੀਂ ਦੂਰ ਹੁੰਦੇ, ਤੇ ਫਿਰ ਅਸੀਂ ਕਿੱਥੇ ਜਾਵਾਂਗੇ। ਗੁਰੂ ਆਖ ਰਿਹਾ ਮਾਏ ਮੁੰਡੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ। ਜਿਹੜਾ ਗੁਰੂ ਭਰਮ ਹੀ ਨਾ ਦੂਰ ਕਰ ਸਕੇ, ਇਹਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਕੇ ਵੀ ਸਾਡੇ ਮਨ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੀ ਭਰਮ ਕੋਲ ਪੈਦਾ ਕਰ ਲਵੇ, ਤਾਂ ਇਹਦਾ ਮਤਲਬ ਅਸੀਂ ਗੁਰੂ ਨੂੰ ਪਛਾਣਿਆ ਨਹੀਂ। ਤੇ ਜਿਹੜਾ ਗੁਰੂ ਦੇ ਹੁਕਮ ਮੁਤਾਬਕ ਭਰਮ ਦੂਰ ਕਰਕੇ, ਭਰਮ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗਾ ਹੋਵੇ, ਉਹਦਾ ਡੀਗਨ ਡੋਲਾ ਖਤਮ ਹੋ ਜਾਂਦਾ ਹੈ। ਉਹ ਫਿਰ ਥਾਂ ਥਾਂ ਨਹੀਂ ਭਟਕਦਾ, ਉਹ ਥਾਂ ਥਾਂ ਨਹੀਂ ਚੁੱਕਦਾ, ਉਹ ਥਾਂ ਥਾਂ ਦੇ ਫੈਸਲੇ ਨਹੀਂ ਮੰਨਦਾ। ਇਹੋ ਗੱਲ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਨੇ ਆਖ ਦਿੱਤੀ। ਕਹਿਣ ਲੱਗੇ ਮੈਂ ਖਸਮ ਦਾ ਬੰਦਾ ਹਾਂ, ਉਹਦੀ ਸੇਵਾ ਵਿੱਚ ਹਾਂ, ਮੇਰਾ ਕੋਈ ਦੁਸ਼ਮਣ ਨਹੀਂ, ਮੈਂ ਆਪਣੇ ਵੱਲੋਂ ਕਿਸੇ ਨਾਲ ਦੁਸ਼ਮਣੀ ਨਹੀਂ ਕਰ ਰਿਹਾ, ਮੇਰਾ ਕੋਈ ਦੁਸ਼ਮਣ ਨਹੀਂ, ਮੇਰਾ ਕੋਈ ਮਿੱਤਰ ਵੱਖਰਾ ਨਹੀਂ, ਨਾ ਮੇਰੀ ਨਿਗਾਹ ਵਿੱਚ ਕੋਈ ਮੰਨਦਾ ਹੈ। ਪਰ ਜੇ ਮੈਨੂੰ ਖਸਮੇ ਬੰਦਾ ਹੋਣ ਦਾ ਵੀ ਕੋਈ ਸਜ਼ਾ ਦੇਣਾ ਚਾਹੇ, ਜਿਵੇਂ ਬੱਚੀ ਨੂੰ ਕੀਰਤਨ ਕਰਦੇ ਆ ਗੁਰਬਾਣੀ ਪੜ੍ਹਦੇ ਕੱਢ ਕੇ ਬਾਹਰ ਬਿਠਾ ਦਿੱਤਾ ਜਾਏ ਵੀ ਤੂੰ ਬਾਣੀ ਨਹੀਂ ਪੜ੍ਹ ਸਕਦੀ, ਤਾਂ ਫਿਰ ਮੈਂ ਆਖਰ ਕਿੱਥੇ ਜਾਵਾਂ? ਜੇ ਉੱਥੇ ਬੈਠ ਕੇ ਗੁਰੂ ਨੇ ਆਪਣੇ ਦੱਸਣਾ ਤੋਂ ਇਹ ਗੱਲ ਆਖੀ ਹੋਵੇ ਕਿ ਇਹ ਸਾਚਾ ਸੋਹਿਲਾ ਸਾਚੇ ਕਰਦਾ, ਉਹ ਗੁਰੂ ਦਾ ਹੁਕਮ ਹੋਵੇ ਕਿ ਸੱਚ ਦਾ ਸੋਹਲੇ ਜਾਣਾ ਬਾਣੀ ਹੈ, ਇਹ ਸੱਚੇ ਦੇ ਘਰ ਵਿੱਚ ਬੈਠ ਕੇ ਗਾ, ਇਹ ਸੱਚਾ ਸੋਹਲਾ ਸੱਚੇ ਘਰ ਗਾਵੋ, ਗਾਵੋ ਤਾਂ ਸੋਹਲਾ ਘਰ ਸੱਚੇ ਜਿੱਥੇ ਸਦਾ ਸੱਚ ਦਿਆ ਵੈ। ਪਰ ਅੱਜ ਦੁਖਾਂ ਤੇ ਹੈ, ਪਤਾ ਨਹੀਂ ਇਹਦੇ ਪਿੱਛੇ ਕੀ। ਸਾਡੇ ਕੁਛ ਵੀਰ ਮੈਨੂੰ ਉਹਨਾਂ 'ਤੇ ਤਰਸ ਆਉਂਦਾ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਸਿੱਖ ਵੀ ਅਖਵਾਉਂਦੇ ਨੇ ਪਰ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵੀ ਵਿਸ਼ਵਾਸ ਨਹੀਂ, ਮੈਨੂੰ ਉਹਨਾਂ 'ਤੇ ਤਰਸ ਹੀ ਆਉਂਦਾ, ਕੋਈ ਦੁਸ਼ਮਣੀ ਨਹੀਂ। ਸਿੱਖ ਅਖਵਾਉਂਦੇ ਹੋਵੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਆਪਣੀ ਮਰਜ਼ੀ ਦੇ ਆਪਣੀ ਮੁੱਠੀ ਨਾਲ ਚਲਾਉਣਾ ਚਾਹੁੰਦੇ ਹੋ ਵੀ ਗੁਰੂ ਵੀ ਮੇਰੀ ਮਰਜ਼ੀ ਨਾਲ ਚੱਲੇ। ਐਸਾ ਮਨ ਹੋਵੇ ਤੇ ਮੇਰਾ ਮਨ ਵਿਚਾਰ ਬਣਦਾ ਕਿ ਆਪਾਂ ਮੰਥਲੀ ਵਿਚਾਰ ਦਾ ਪ੍ਰੋਗਰਾਮ ਰੱਖਿਆ ਕਰੀਏ, ਬਿਨਾਂ ਕੀਰਤਨ ਤੋਂ ਅੱਗੇ ਪਿੱਛੇ ਦੇ ਸਕਦੇ। ਤੁਹਾਨੂੰ ਸਾਰਿਆਂ ਨੂੰ ਇਹ ਖੁੱਲ੍ਹੀ ਹੈ, ਛੁੱਟੀ ਹੈ ਕਿ ਤੁਸੀਂ ਕੋਈ ਵੀ ਆਪਣੇ ਮਸਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ, ਗੁਰਮਤਿ ਪ੍ਰਤੀ, ਧਰਮ ਪ੍ਰਤੀ ਆਪਣੇ ਕੋਈ ਵੀ ਸ਼ੰਕੇ ਲਿਖ ਕੇ ਲਿਆਓ, ਲਿਆਓ ਬੈਠ ਕੇ ਆਪਾਂ ਉਹਨਾਂ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਵਿਚਾਰ ਕਰੀਏ। ਬਾਹਰੋਂ ਨਹੀਂ, ਕਮ ਸੇ ਕਮ ਸਾਡਾ ਇਹ ਪਰਿਵਾਰ ਤਾਂ ਨਿਸ਼ਚਿੰਤ ਹੋਵੇ ਨਾ, ਉਹਨੂੰ ਜਿੱਥੇ ਕੋਈ ਇਹੋ ਜਿਹਾ ਗੁੰਮਰਾਹ ਕਰਨ ਵਾਲਾ ਮਿਲ ਜਾਏ ਉੱਥੇ ਉਹ ਬੇਫਿਕਰੀ ਨਾ ਲੱਗ ਸਕੇ ਕਿ ਮੇਰੇ ਕੋਲ ਇਸ ਗੱਲ ਦਾ ਜਵਾਬ ਹੈ, ਤਾਂ ਹੀ ਉਹ ਭਰਮੇ ਚੋਂ ਨਿਕਲੇਗਾ, ਤਾਂ ਹੀ ਉਹਦੀ ਭਟਕਣਾ ਖਤਮ ਹੋਵੇਗੀ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ na
विचार का केंद्र बनाना है, तकरार का नहीं, ताकि शांति नाल बैठ के विचार करने वाले गुरमत की रोशनी विच गुरमत को समझने वाले वीर भैणा एकत्र होण। सिर्फ टकराव वाले जिन्होंने आप समझना नहीं, दूजे को समझन नहीं देना। आ जिहड़े गुरुद्वारियां विच डंगा टुटी फिरदे ने, जिहड़े बंबां नाल हमले करदे फिरदे, ये लोग समझने वाले नहीं। इसलिए सानू जरूरत है जिन्ना परिवार बच सके, भाई गुरदास जी के कहने वांगू, जैसे घर लागे आग जोई बचे सोई भला। जिन्हें परिवार के जी समझ जान के श्री गुरु ग्रंथ साहिब की है, बाणी की है, मैं कोई अपने मगर नहीं लाना चाहता, ना ला रहा। जिहड़ी चीज तुहानू श्री गुरु ग्रंथ साहिब दे उल्ट मेरे वालों कही हुई मेरे, बेशक ना मनो, मैं बार बार कहना बेशक ना मनो, पर जिहड़ी चीज असीं श्री गुरु ग्रंथ साहिब की अगवाई विच समझ लईए, उहदे लई कदी भी समझौतावादी ना होवो, क्योंकि खसमे बंदा नहीं रहांगे, जर खरीद गुलाम नहीं रहांगे। असीं मुल खरीदी लाला गोला गुरु का होवांगे, ते ताई सुभागे बनांगे, नहीं तो अभागे रह जावांगे। इन्हां शब्दां नाल कि मैं जा चुका, फतेह बुलाओ, वाहिगुरु जी का खालसा, वाहिगुरु जी की फतेह।